वेलकम टू दिल दी गल विद पापी। अज मेरे नाल ने, जे तुहानू इन्हां दा नहीं पता बंटी बैंस जी दा ते परी पंधेर दा, मेरा कोई कसूर नहीं। परी एड्डे तगड़े लिखारी, इन्ने कैंट लिखारी हो, मेरी तारीफ दे विच दो क शब्द हो जाण। वाह, चल तेरी तारीफ च मैं फिर कुछ लाइना बना के दसदा हुणी। परी जे पापी वर्गा बंदा तारीफ भाले पंपां नाल भर देईदा, जे पापी वर्गा बंदा तारीफ भाले पंपां नाल भर देईदा, ਜੇ ਇੰਸਟਾ ਤੇ ਕਿਤੇ ਦਿਸ ਜੇ ਪਹਿਲਾਂ ਹੀ ਬਲੌਕ ਕਰ ਦਈਦਾ। ਬਲੌਕ ਨਹੀਂ ਰੇ, ਮੈਂ ਤਾਂ ਪਹਿਲਾਂ ਹੀ ਬਲੌਕ ਕੀਤਾ ਹੋਇਆ। ਤਾਰੀਫ ਕਰਨੀ ਹੈ ਤਾਰੀਫ, ਅਰੇ ਤਾਰੀਫ ਕਿਆ ਸੀਗਾ, ਕੋਈ ਚੱਕਰ ਨਹੀਂ। ਇੱਕ ਦਿਨ ਬੰਟੀ ਬੈਂਸ ਤੇ ਪਰੀ ਪੰਧੇਰ ਪਾਪੀ ਦਾ ਨਾਮ ਜਪਣਗੇ, ਪਾਪੀ ਦੇ ਗੁਣ ਗਾਉਣਗੇ, ਕੋਈ ਚੱਕਰ ਨਹੀਂ ਹੈ। ਇੱਕ ਦਿਨ ਜ਼ਰੂਰ ਤਾਰੀਫ ਕਰੋਗੇ ਮੇਰੀ ਭਾਜੀ। ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਦਿਲ ਦੀ ਗੱਲ ਵਿਦ ਪਾਪੀ। 1996 ਸਪੈਸ਼ਲ ਸਵਾਲ ਆ ਭਾਜੀ, ਤੁਸੀਂ ਐਲਬਮ ਲਿਖੀ ਆ, ਤੁਸੀਂ ਗਾਣੇ ਗਾਏ ਨੇ। ਸਭ ਤੋਂ ਪਹਿਲਾਂ ਸੈਲਫ ਮੇਡ ਬੰਟੀ ਬੈਂਸ ਨੇ ਇਹ ਹੀਰਾ ਕਿੱਥੋਂ ਲੱਭਿਆ? ਇਹ ਹੀਰਾ ਮਿਲਿਆ ਮਲੇਰਕੋਟਲੇ ਦੇ ਕੋਲੋਂ, ਇੱਕ ਪਿੰਡ ਆ ਉਮਰਪੁਰਾ ਉੱਥੋਂ। ਤੁਸੀਂ ਕਿੱਦਾਂ ਸੋਚ ਲਿਆ ਵੀ ਇਹਨੂੰ ਸਿੰਗਰ ਵੀ ਬਣਾਉਣਾ, ਮੈਂ ਐਕਟਰ ਬਣਾਉਣਾ? ਤੁਸੀਂ ਬਿਊਟੀ ਦੇਖੀ ਸੀ ਜਾਂ ਸੁਣਿਆ ਸੀ ਕਿ ਯਾਰ ਕੁੜੀ ਸਕਰੀਨ 'ਤੇ ਵੀ ਸੋਹਣੀ ਲੱਗੂਗੀ, ਗਾਉਂਦੀ ਵੀ ਆ, ਤੁਹਾਡੇ ਦਿਮਾਗ 'ਚ ਪਹਿਲਾਂ ਥੋੜ੍ਹ ਕੀ ਆਇਆ ਸੀ? ਪਰੀ ਦੀ ਇੰਸਟਾ ਪ੍ਰੋਫਾਈਲ ਦੇਖੀ ਸੀ ਮੇਰੇ ਵਾਈਫ ਉਹਨਾਂ ਨੇ ਪਹਿਲੇ, ਅਤੇ ਉਹਨਾਂ ਨੇ ਕਿਹਾ ਵੀ ਯਾਰ ਇਹ ਕੁੜੀ ਕੌਣ ਆ, ਮਾੜਾ ਜਿਹਾ ਤੁਸੀਂ ਮੈਸੇਜ ਕਰਕੇ ਦੇਖ ਲਓ, ਆਪਾਂ ਇੱਕ ਮਿਊਜ਼ਿਕ ਵੀਡੀਓ 'ਚ ਐਕਟ ਕਰਾਉਣਾ। ਫਿਰ ਪਰੀ ਨੂੰ ਮੈਸੇਜ ਕੀਤਾ ਅਤੇ ਪਤਾ ਲੱਗਿਆ, ਪਰੀ ਕਹਿੰਦੀ ਜੀ ਮੈਂ ਤੇ ਸਿੰਗਿੰਗ ਕਰਨੀ ਆ ਗਾਉਣਾ। ਅੱਛਾ, ਗੁੱਸੇ ਨਾਲ ਕਿਹਾ ਕਿ ਪਿਆਰ ਨਾਲ ਕਿਹਾ ਸੀ? ਨਹੀਂ, ਪਿਆਰ ਨਾਲ। ਅੱਛਾ, ਮੈਂ ਸਿੰਗਿੰਗ ਕਰਨੀ ਹੈ, ਮੈਨੂੰ ਸਿੰਗਿੰਗ ਕਰਾਓ। ਬਿਲਕੁਲ। ਪਰ ਇਹ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਰਿਸਪੋਂਸ ਤੁਹਾਡੀ ਜਿਹੜੀ 1996 ਐਲਬਮ 'ਚੋਂ ਕਿਸ ਗਾਣੇ ਦਾ ਆ ਰਿਹਾ ਤੁਹਾਨੂੰ? ਇਨ ਲੌਜ਼ ਦਾ ਵੀ ਤੇ ਕਾਉਂਟਲੈਸ ਦਾ, ਜਿਹੜਾ ਅਰਮਾਨ ਢਿੱਲੋਂ ਦਾ। ਅੱਛਾ, ਜਿਹੜਾ ਬੱਸ 'ਤੇ ਬਹਿ ਕੇ ਸ਼ੂਟ ਕੀਤਾ ਤੁਸੀਂ? ਕਾਉਂਟਲੈਸ ਦਾ ਵੀ ਵਿਜ਼ੂਅਲ ਸ਼ੂਟ ਕੀਤੇ ਨੇ ਸਾਰੇ ਗਾਣਿਆਂ ਦੇ। ਅੱਛਾ, ਨਹੀਂ ਬੱਸ 'ਤੇ ਬਹਿ ਕੇ ਕਿਉਂ ਸ਼ੂਟ ਕੀਤਾ? ਉਹ ਇੱਕ ਅਲੱਗ ਕਨਸੈਪਟ ਸੋਚ ਕੇ ਵੀ, ਉਦਾਂ ਦਾ ਜਿੱਦਾਂ ਦਾ ਗਾਣਾ ਸੀਗਾ ਵੀ ਉਦਾਂ ਦਾ ਹੀ ਕਨਸੈਪਟ ਹੋਵੇ, ਕੁਛ ਅਲੱਗ ਜਿਹਾ ਕਰੀਏ ਵੀ ਤਾਂ ਕਰਕੇ। ਅੱਛਾ, ਹਵਾਈ ਵੀਡੀਓ ਕੀਤੀ ਫਿਰ ਤੁਸੀਂ ਤਾਂ? ਹਵਾਈ। ਤੁਸੀਂ ਜ਼ਿਆਦਾ ਹਿੱਲੇ ਸੀ ਕਿ ਕੈਮਰੇ ਵਾਲਾ ਜ਼ਿਆਦਾ ਹਿੱਲਿਆ ਸੀ, ਕਿਉਂਕਿ ਬੱਸ ਦੇ ਉੱਪਰ ਬਹਿਣਾ, ਵੈਸੇ ਰੋਡ 'ਤੇ ਸਾਫ਼ ਹੀ ਸੀਗਾ। ਹਾਂਜੀ, ਪਰ ਫਿਰ ਵੀ ਬੱਸ 'ਤੇ ਬਹਿ ਕੇ ਤਾਂ ਫਿਰ ਝੂਟੇ ਤਾਂ ਮਿਲਦੇ ਹੀ ਆ। ਇਨਲੋਜ਼ ਗਾਣਾ ਤੁਹਾਡਾ ਬਹੁਤ ਜ਼ਿਆਦਾ ਚੱਲ ਰਿਹਾ, ਵੈਸੇ ਸੋਚਿਆ ਹਾਲੇ ਇਨਲੋਜ਼ ਬਾਰੇ? ਨਹੀਂ ਨਹੀਂ, ਹਾਲੇ ਤਾਂ ਨਹੀਂ ਸੋਚਿਆ, ਪਰ ਉਹ ਮੇਰਾ ਗਾਣਾ ਨਾ ਪਹਿਲਾਂ ਤੋਂ ਹੀ ਫੇਵਰੇਟ ਸੀਗਾ, ਮੈਨੂੰ ਬੜਾ ਵਧੀਆ ਲੱਗਦਾ ਸੀ। ਮੈਂ ਵੀਰੇ ਨੂੰ ਨਾ ਪਹਿਲਾਂ ਹੀ ਕਹਿੰਦੀ ਸੀ, ਵੀਰੇ ਮੈਂ ਉਹ ਗਾਣਾ ਕਰਨਾ ਹੀ ਕਰਨਾ, ਪਹਿਲਾਂ ਤੋਂ ਹੀ ਮੈਂ ਸੁਣਿਆ ਸੀਗਾ, ਵੀਰੇ ਨੇ ਲਿਖ ਕੇ ਰੱਖਿਆ ਹੋਇਆ ਸੀ। ਮੰਨਦੇ ਆ ਇੱਦਾਂ ਦੀ ਗੱਲ, ਉਹ ਆਪਣਾ ਹੀ ਕਰਦੇ ਆ? ਨਹੀਂ ਨਹੀਂ, ਇੱਦਾਂ ਥੋੜ੍ਹੀ ਹੈ, ਸਾਰੇ ਕਲਾਕਾਰਾਂ ਦੀਆਂ ਗੱਲਾਂ ਮੰਨੀ ਦੀਆਂ ਨੇ, ਪੁੱਛ ਲਓ ਚਾਹੇ। ਫਿਰ ਮੈਂ ਭਾਬੀ ਨੂੰ ਕਿਹਾ, ਮੈਂ ਕਿਹਾ ਵੀ ਮੈਂ ਉਹ ਗਾਣਾ ਕਰਨਾ ਹੀ ਕਰਨਾ, ਫਿਰ ਭਾਬੀ ਨੇ ਵੀ ਦੇਖੋ ਭਾਬੀ ਦੀ ਸਿਫਾਰਿਸ਼ ਪਾਈ ਨੇ ਤੇ ਬੰਟੀ ਬੈਂਸ ਗਾਣਾ ਕਰ ਜੇ ਤੁਹਾਡੀ ਮਰਜ਼ੀ ਨਾਲ। ਉਹ ਜਿਹੜੀ ਉਹਦੀ ਉਹ ਲਾਈਨ ਆ ਸੰਗਰੂਰ ਵਾਲੀ, ਉਸ ਥਾਈ ਉਹ ਪਹਿਲਾਂ ਤਾਂ ਬਣਾਇਆ ਹੋਇਆ ਸੀ, ਸਾਲ ਡੇਢ ਸਾਲ ਪਹਿਲਾਂ ਦਾ, ਅਤੇ ਉਹ ਉਦੋਂ ਦਾ ਬਣਿਆ ਪਿਆ ਸੀ। ਪਰੀ ਤੋਂ ਗਵਾ ਕੇ ਵੀ ਦੇਖਿਆ ਸੀ ਇੱਕ ਵਾਰੀ, ਫਿਰ ਉਹ ਕੱਢਿਆ ਨਹੀਂ, ਸਿੰਗਲ ਕੱਢਣਾ ਸੀ ਉਦੋਂ, ਤਾਂ ਫਿਰ ਪਰੀ ਨੇ ਦੋ ਤਿੰਨ ਵਾਰੀ ਕਿਹਾ ਕਿ ਇਹ ਗਾਣਾ ਕਰਨਾ, ਪਹਿਲ ਪੂਜ ਕਰਾਂਗੇ, ਮੈਨੂੰ ਪਸੰਦ ਆ। ਫਿਰ ਦੇਸੀ ਕਰੂ ਕੋਲ ਬਣਾਇਆ ਜਦੋਂ ਉਹ ਵਧੀਆ ਬਣ ਗਿਆ, ਫਿਰ ਰਿਲੀਜ਼ ਹੋਣ ਤੋਂ ਪਹਿਲਾਂ ਉਹਨੂੰ ਚੇਂਜ ਕਰਿਆ, ਸਾਰੀਆਂ ਲਾਈਨਾਂ ਉਹਦੀਆਂ ਚੇਂਜ ਕਰੀਆਂ ਅਤੇ ਹੋਰ ਵਧੀਆ ਬਣ ਗਿਆ। ਮੰਡੀ ਭਾਈ, ਤੁਸੀਂ ਦੱਸਿਆ ਸਥਾਈ ਜ਼ਿਆਦਾ ਲਿਖਦੇ ਹੋ ਤੁਸੀਂ ਗਾਣਾ, ਜਾਂ ਗਾਣਾ ਸ਼ੁਰੂ ਕਰਕੇ ਪੂਰਾ ਕੰਪਲੀਟ ਕਰ ਲੈਂਦੇ? ਨਹੀਂ, ਪੂਰਾ ਕਰ ਲਈਦਾ, ਪਹਿਲਾਂ ਵੀ ਕੰਪਲੀਟ ਕਰ ਲਿਆ ਸੀਗਾ ਉਹ ਪੂਰਾ, ਪਰ ਪਹਿਲਾਂ ਹੋਰ ਤਰ੍ਹਾਂ ਸੀ। ਭਾਜੀ, ਇੱਕ ਦਿਨ 'ਚ ਜ਼ਿਆਦਾ ਤੋਂ ਜ਼ਿਆਦਾ ਗਾਣੇ ਕਿੰਨੇ ਲਿਖ ਲੈਂਦੇ ਹੋ? ਜਿੰਨੇ ਮਰਜ਼ੀ ਲਿਖੇ ਜਾ ਸਕਦੇ ਨੇ। ਨਹੀਂ, ਤੁਸੀਂ ਕਿੰਨੇ ਲਿਖੇ ਆ? ਯਾਰ ਮੈਂ ਇੱਕ ਵਾਰੀ ਇੰਨੇ ਗਾਣੇ ਲਿਖ ਲਏ ਸੀ, ਸ਼ਾਇਦ 8-10 ਲਿਖੇ ਨੇ ਇੱਕ ਦਿਨ 'ਚ, ਇੱਕ ਵਾਰੀ ਲਿਖੇ ਸੀ ਇੱਕ ਰਾਤ ਨੂੰ। ਆਹ ਹੁਣ ਜੈਜ਼ੀ ਭਾਈ ਦੀ ਐਲਬਮ ਆਉਣੀ ਆ, ਉਹ ਇੱਕੋ ਹੀ ਰਾਤ 'ਚ ਲਿਖ ਲਈ ਸੀ ਸਾਰੀ। ਡਾਇਰੀ ਡੂਰੀ 'ਤੇ ਲਿਖਦੇ ਹੋ, ਟਾਈਪ ਕਰਦੇ ਹੋ? ਨੋ 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 ਨਾ, ਇੱਦਾਂ ਹੀ ਵੋਇਸ ਨੋਟ 'ਤੇ ਹੁਣ ਤਾਂ, ਜਾਂ ਰਿਕਾਰਡਰ 'ਚ ਫੋਨ 'ਤੇ। ਅੱਛਾ, ਐਲਬਮ ਦਾ ਨਾਮ 1996, ਕਿਸ ਦਾ ਆਈਡੀਆ ਸੀ? ਪਰੀ ਵੀਰੇ ਦਾ ਹੀ ਸੀਗਾ। ਵੀਰੇ ਦਾ ਆਈਡੀਆ ਸੀ? ਹਾਂਜੀ। ਪਰੀ ਦਾ ਬਰਥ ਆ 96 ਦਾ। ਹਾਂਜੀ ਹਾਂਜੀ, ਤਾਂ ਇਸ ਕਰਕੇ ਰੱਖਿਆ ਸੀ ਕਿ ਉਦੋਂ ਵੀ ਬਰਥ ਹੋਇਆ ਸੀ ਅਤੇ ਹੁਣ 1996 ਤੋਂ ਵੀ ਪਰੀ ਦਾ ਇੱਕ ਤਰ੍ਹਾਂ ਰੀਬਰਥ ਆ। ਨਹੀਂ, ਪਹਿਲੇ ਨਾਮ ਸੋਚ ਲਿਆ ਸੀ ਜਾਂ ਇਹਦਾ ਸੋਚਿਆ? ਬਰਥਡੇ ਹੈ ਤੇਰੀ ਪਹਿਲੀ ਐਲਬਮ? ਪਰੀ ਦਾ ਬਰਥਡੇ ਸੀਗਾ, ਬਰਥਡੇ ਸੀਗਾ ਮੇਰਾ, ਇੱਕ ਦੋ ਦਿਨ ਪਹਿਲਾਂ ਜਦੋਂ ਆਉਣਾ ਸੀਗੇ, ਮੇਰੀ ਐਲਬਮ ਆਉਣੀ ਸੀ ਉਸ ਤੋਂ ਪਹਿਲਾਂ। ਇਹਦੇ ਬਰਥਡੇ ਵਾਲੇ ਦਿਨ ਪੋਸਟਰ ਆਪਾਂ ਸ਼ੇਅਰ ਕੀਤਾ, ਰਿਲੀਜ਼ ਕੀਤਾ ਸੀਗਾ। ਅੱਛਾ ਜੀ, ਕਿਆ ਬਾਤ ਹੈ, ਸਭ ਤੋਂ ਵੱਡਾ ਗਿਫਟ ਬਰਥਡੇ ਦੇ। ਕੇਕ ਕੱਟਿਆ ਸੀ ਕਿ ਬਸ ਪੋਸਟਰ ਰਿਲੀਜ਼ ਕਰਤਾ? ਹੁਣ ਕੇਕ ਰਹਿਣ ਦੇ। ਕੇਕ ਕੱਟਿਆ ਸੀਗਾ, ਕੱਟਿਆ ਸੀ ਕੇਕ। ਬੰਟੀ ਬੈਂਸ ਨੂੰ ਗਾਣੇ ਲਿਖਣ ਲਈ ਕੈਸਾ ਮਾਹੌਲ ਚਾਹੀਦਾ ਹੁੰਦਾ? ਕਿਵੇਂ ਦਾ ਵੀ ਨਹੀਂ ਚਾਹੀਦਾ, ਹੁਣੇ ਵੀ ਲਿਖ ਲਾਂਗੇ। ਰੋਲੇ 'ਚ ਵੀ ਲਿਖ ਲੈਂਦੇ ਹੋ? ਹਾਂ, ਬੜੇ ਵਾਰੀ ਲੜਕੇ ਵੀ, ਗੁੱਸੇ 'ਚ ਵੀ। ਲੜਕੇ ਲਿਖਿਆ ਕਿਹੜਾ ਗਾਣਾ ਲਿਖਿਆ ਭਾਈ ਤੁਸੀਂ? ਇੱਕ ਗਾਣਾ ਸੀਗਾ, ਉਦਣ ਮੈਂ ਕਿਸੇ ਨਾਲ ਲੜਿਆ ਸੀ ਬਹੁਤ ਜ਼ਿਆਦਾ, ਉਹ ਗਾਣਾ ਲਿਖਿਆ ਸੀ ਕਣਕਾਂ ਦਾ ਰੰਗ ਉੱਡਿਆ ਮੇਰੀ ਉੜਦੀ ਦੇਖ ਫੁਲਕਾਰੀ, ਅਤੇ ਬਹੁਤ ਚੱਲਿਆ ਗਾਣਾ। ਉਦੋਂ ਮੈਨੂੰ ਲੱਗਿਆ ਵੀ ਯਾਰ ਇਹ ਗਾਣਾ, ਇਹ ਗਾਣਾ ਤਾਂ ਮੈਂ ਬਹੁਤ ਲੜਕੇ ਇਰੀਟੇਟ ਸੀ, ਮੈਂ ਸਟੂਡੀਓ ਗਿਆ, ਗਾਣਾ ਲਿਖਿਆ ਬਣਾਇਆ ਅਤੇ ਉਹ ਗਾਣਾ ਚੱਲੇ ਬਹੁਤ। ਅੱਛਾ, ਗੁੱਸੇ ਨਾਲ ਤੇ ਫੁਲਕਾਰੀ ਡਾਈ ਸੀ, ਹਿੱਟ ਹੋ ਗਿਆ। ਪਰ ਇਹ ਐਲਬਮ ਦੇ ਕਿਹੜੇ ਗਾਣੇ ਦੀ ਡਬਿੰਗ 'ਚ ਤੁਹਾਨੂੰ ਸਭ ਤੋਂ ਜ਼ਿਆਦਾ ਟਾਈਮ ਲੱਗਾ?
ਜਿਹੜਾ ਇੰਟਰੋਡਿਊਸ ਵਾਲਾ ਗਾਣਾ ਸੀਗਾ ਉਹ ਚ ਥੋੜਾ ਲੱਗਿਆ ਸੀਗਾ ਉਹਦੀਆਂ ਕਿਉਂਕਿ ਨਾ ਜਿੰਨੀ ਮੇਰੀ ਬੜੀ ਫਸ ਜਾਂਦਾ ਬੰਦਾ ਡੱਬ ਕਰਦਾ ਫਲੋ ਵਾਲਾ ਗਾਣਾ ਉਹ ਅੱਡੇ ਜੇ ਜਨਰ ਦਾ ਸੀਗਾ ਹਾਂ ਉਹ ਜਿੰਨਾ ਮਤਲਬ ਮੇਰੇ 96 ਦਾ ਬਰਥ ਆ ਉਨੀਆਂ ਹੀ ਲਾਈਨਾਂ ਨੇ ਉਹਦੇ ਵਿੱਚ ਗਾਣੇ ਦੀਆਂ ਦੇਸੀ ਕਰੂ ਵਾਲੇ ਇੰਨੇ ਕੋ ਸਟੇਟ ਫਾਰਵਰਡ ਨੇ ਜੇ ਕਿਸੇ ਸਿੰਗਰ ਕੋਲੋਂ ਡੱਬਿੰਗ ਨਹੀਂ ਹੁੰਦੀ ਤੇ ਉਹ ਕਹਿੰਦੇ ਨੇ ਭਾਈ ਤੁਸੀਂ ਕੱਲ ਆਇਓ ਅੱਜ ਤੁਹਾਡੇ ਕੋਲ ਗਾਇਆ ਨਹੀਂ ਜਾ ਰਿਹਾ ਤੁਹਾਡੇ ਨਾਲ ਪਰੀ ਇਦਾਂ ਦਾ ਸੱਚੀ ਗੱਲ ਮੈਂ ਸੁਣਿਆ ਬੰਟੀ ਭਾਈ ਸੱਚ ਹੈ ਕਿ ਨਹੀਂ ਹਨਾ ਪਰ ਮੇਰੇ ਨਾਲ ਤਾਂ ਨਹੀਂ ਹੋਇਆ ਮੇਰੇ ਨਾਲ ਤਾਂ ਬਹੁਤ ਵਧੀਆ ਉਹਨਾਂ ਨੇ ਕਿਊਟ ਜੀ ਐ ਚਾਹੀ ਰੋਣ ਲੱਗ ਪਈ ਜੇ ਮੈਂ ਇਹਨਾਂ ਨੂੰ ਕਹਿਤਾ ਦੇ ਪਰ ਇਹ ਗਾਣਾ ਲਿਖਣ ਤੋਂ ਬਾਅਦ ਵੀ ਤੁਸੀਂ ਮੀਟਰ ਸਹੀ ਕਰਦੇ ਹੋ ਕਿ ਇੱਕ ਵਾਰੀ ਲਿਖ ਦਿੰਦੇ ਹੋ ਪੀ ਯਾਰ ਮੈਂ ਲਿਖਤਾ ਜਦੋਂ ਆਪਾਂ ਡੱਬ ਕਰਦੇ ਆ ਜਦੋਂ ਉਦੋਂ ਹੀ ਬਣਾਈ ਦਾ ਜਦੋਂ ਜਿਵੇਂ ਪਰੀ ਨਾਲ ਨਾਲ ਗਾ ਰਹੀ ਸੀ ਓਕੇ ਇੱਕ ਇੱਕ ਲਾਈਨ ਪਰੀ ਗਾਈ ਜਾਂਦੀ ਸੀ ਮੈਂ ਇਧਰੋਂ ਲਿਖ ਕੇ ਦੱਸੀ ਜਾਂਦਾ ਸੀ ਫਿਰ ਉਹਨੂੰ ਐਡਿਟ ਕਰਕੇ ਉਹਨੂੰ ਛੋਟਾ ਵੀ ਕਰ ਲਿਆ ਸੀ ਗਾਣੇ ਨੂੰ ਮਗਰੋਂ ਰਿਲੀਜ਼ ਕਰਨ ਲਈ ਹੁਣ ਤੁਸੀਂ ਦੱਸਣਾ ਟਰੂ ਆ ਕਿ ਫਾਲਸ ਆ ਪਰ ਇਹ ਤੁਸੀਂ ਪਟਿਆਲਾ ਸਲਵਾਰ ਨਾਲ ਸਪੋਰਟਸ ਸ਼ੂਜ਼ ਵੀ ਪਾ ਲੈਂਦੇ ਆ ਫਾਲਸ ਕਹਿੰਦੇ ਤੁਹਾਨੂੰ ਸੂਟ ਪਾਉਣ ਦਾ ਇੰਨਾ ਸ਼ੌਂਕ ਆ ਕੋਈ ਦੱਸ ਰਿਹਾ ਸੀਗਾ ਤੁਹਾਡੇ ਫਰੈਂਡ ਸਰਕਲ 'ਚੋਂ ਫਿਰ ਮੈਂ ਨਾਲ ਸ਼ੂਜ਼ ਥੋੜ੍ਹਾ ਪਾਊਂਗੀ ਜੁੱਤੀ ਪਾਊਂਗੀ ਪਟਿਆਲਾ ਜੁੱਤੀ ਪਾਉਂਗੇ ਤੁਸੀਂ ਤੁਸੀਂ ਰੂੜ ਕਿਉਂ ਹੋ ਰਹੇ ਫਿਰ ਤਿਆਰ ਨਾ ਕਹੋ ਅਗਲਾ ਸਵਾਲ ਤਾਂ ਇੰਨਾ ਕੁ ਗੰਦਾ ਨਾ ਪੁੱਛਣਾ ਚਾਹ ਰਿਹਾ ਪਰ ਮੇਰਾ ਰਾਈਟਰ ਕਹਿੰਦਾ ਪੁੱਛ ਲਓ ਕਹਿੰਦੇ ਪਰੀ ਇੰਨੀ ਸ਼ਾਏ ਆ ਉਹ ਸੈਲਫੀ ਵੀ ਮੂੰਹ ਦੇ ਸਿਰਹਾਣਾ ਰੱਖ ਕੇ ਲੈਂਦੀ ਹੈ ਨਹੀਂ ਕਿਹੜਾ ਕਹਿੰਦਾ ਮੇਰੇ ਸਾਹਮਣੇ ਕਰੋ ਕੰਬਲ ਲੈਂਦੀ ਕਹਿੰਦੇ ਤੂੰ ਸ਼ਾਏ ਬਹੁਤ ਆ ਬੰਟੀ ਗਾਣੇ ਲਿਖਣ ਦੇ ਨਾਲ ਨਾਲ 1500 ਰੁਪਏ ਘੰਟਾ ਨਿਆਣਿਆਂ ਦਾ ਹੋਮਵਰਕ ਵੀ ਲਿਖਦਾ ਹੈ ਟਰੂ ਆ ਕਿ ਫਾਲਸ ਹਾਂ ਟਰੂ ਆ ਟਰੂ ਹਾਂ ਲਿਖਾਉਣਾ ਇਹ ਕਿਸੇ ਨੂੰ ਦੱਸ ਦੇ ਕਹਿੰਦੇ ਪਰੀ ਨੂੰ ਆਪਣੀ ਐਲਬਮ ਦਾ ਇੰਨਾ ਚਾਅ ਸੀ ਕਿ ਇਹਨੇ ਜਰਾਬਾਂ ਵੀ ਪ੍ਰੈਸ ਕਰਕੇ ਪਾਈਆਂ ਹਾਂ ਹਾਂ ਪਾਈਆਂ ਸੀ ਹਾਂ ਚਾਹ ਤਾਂ ਹੋਊ ਗਈ ਹੁਣ ਅੱਛਾ ਗਰਮ ਜਰਾਬਾਂ ਪਾਈਆਂ ਕਿ ਥੋੜੀਆਂ ਠੰਡੀਆਂ ਠੀਕ ਹੈ ਭਾਜੀ ਕਹਿੰਦੇ ਆਪਣੇ ਮੋਹਾਲੀ ਸ਼ਹਿਰ ਵਾਲੀਏ ਨਾਲ ਤੁਹਾਡਾ ਹਾਲੇ ਵੀ ਧਾਰ ਚੱਲਦਾ ਹਾਂ ਚੱਲਦਾ ਚੱਲਦਾ ਭਾਜੀ ਉਹਦਾ ਨੰਬਰ ਬਲੌਕ ਕਰਤਾ ਕਿ ਹਾਲੇ ਵੀ ਤੁਸੀਂ ਕਈ ਸਟੋਕ ਕਰ ਲੈਂਦੇ ਹੋ ਮੈਨੂੰ ਨਹੀਂ ਨਹੀਂ ਬਲੌਕ ਨਹੀਂ ਕਰਦਾ ਮੈਂ ਕਿਸੇ ਦਾ ਨੰਬਰ ਅੱਛਾ ਉਹਦੇ ਤਾਂ ਯਾਰ ਚੱਕਰ ਪੈ ਗਿਆ ਸੀਗਾ ਗਾਣੇ 'ਤੇ ਉਹ ਲਿਖਿਆ ਸੀ ਮੈਂ ਪਾਪਣੇ ਮਤਲਬ ਇੱਕ ਕਮਿਊਨਿਟੀ ਨੂੰ ਇੱਦਾਂ ਲੱਗ ਗਿਆ ਕਿ ਮੈਂ ਪਾਪਣੇ ਕਿਹਾ ਪਾਪਣੇ ਮੋਹਾਲੀ ਸ਼ਹਿਰ ਵਾਲੀ ਮੇਰੇ 'ਤੇ ਪੁਲਿਸ ਰਿਪੋਰਟ ਹੋ ਗਈ ਫਿਰ ਮੈਂ ਉਹਨਾਂ ਨੂੰ ਦੱਸਿਆ ਜਾ ਕੇ ਉਹ ਕਹਿੰਦੇ ਯਾਰ ਸੋਰੀ ਕਨਫਿਊਜ਼ਨ ਹੋ ਗਈ ਸਾਨੂੰ ਬੜਾ ਹਿੱਟ ਗਾਣਾ ਸੀਗਾ ਉਹ ਭਾਜੀ ਭਾਜੀ ਉਹ ਸਿੱਧਾ ਜੋਰਡਨ ਸੰਧੂ ਨੇ ਲਿਖਿਆ ਸੀ ਜਾਂ ਤੁਸੀਂ ਲਿਖਿਆ ਹੋਇਆ ਸੀ ਮਿਊਜ਼ਿਕ ਹੋਇਆ ਹੋਇਆ ਸੀਗਾ ਅਤੇ ਜੋਰਡਨ ਸੰਧੂ ਦੇ ਹਿੱਸੇ ਆ ਗਿਆ ਉਹ ਬਣਾਇਆ ਸੀ ਗਾਣਾ ਕਿਸੇ ਹੋਰ ਲਈ ਕਿਸਮਤ ਬਦਲਤੀ ਉਸ ਗਾਣੇ ਨੇ ਹੁਣ ਲਾਸਟ ਟਾਈਮ ਭਾਜੀ ਲਾਸਟ ਟਾਈਮ ਤੁਸੀਂ ਆਪਣਾ ਸੂਟ ਆਪ ਕਦੋਂ ਪ੍ਰੈਸ ਕੀਤਾ ਸੀ ਹਰ ਵਕਤ ਹੀ ਕਰਦੀ ਹਾਂ ਮੈਂ ਤਾਂ ਪਤਾ ਨਹੀਂ ਕੌਣ ਕਹਿ ਰਿਹਾ ਸੀ ਕਹਿੰਦੇ ਬੰਟੀ ਭਾਜੀ ਕਰਦੇ ਆ ਨਹੀਂ ਨਹੀਂ ਫਿਰ ਵੀ ਵੀਰਾਂ ਨੇ ਕੋਈ ਨਾ ਕੱਟਣੀ ਕੋਈ ਚੱਕਰ ਨਹੀਂ ਐਡਾ ਆਪ ਹੀ ਕਰਦੇ ਹੋ ਭਾਈ ਤੁਸੀਂ ਕੋਈ ਪ੍ਰੈਸ ਕਰਨ ਵਾਲਾ ਰੱਖ ਨਹੀਂ ਦਿੱਤਾ ਇਹਨਾਂ ਨੇ ਨਹੀਂ ਇੰਨਾ ਖਿਆਲ ਰੱਖਦੇ ਤੁਸੀਂ ਆਪਣੇ ਕੰਮ ਆਪ ਕਰੀਦੇ ਅਸੀਂ ਆਪਣੇ ਕੰਮ ਆਪ ਕਰੀਦੇ ਅਸੀਂ ਕੀ ਬਾਤ ਪਰ ਇਹਨਾਂ ਲਾਸਟ ਟਾਈਮ ਕਿਚਨ 'ਚ ਕੀ ਸਾੜਿਆ ਸਾਰਾ ਕੁਛ ਹੀ ਮੈਂ ਸਹੀ ਬਣਾ ਲੈਂਦੀ ਹਾਂ ਸਾੜ ਰੋਟੀ ਸੜ ਜਾਂਦੀ ਆ ਕਈ ਵਾਰ ਤੁਹਾਡੀ ਕਿਊਟਨੈਸ ਨੂੰ ਦੇਖ ਕੇ ਸੜਦੀ ਆ ਜਾਂ ਉਦਾਂ ਤੁਸੀਂ ਸੇਕ ਜ਼ਿਆਦਾ ਕਰਕੇ ਗਾਣੇ ਸੁਣਨ ਲੱਗ ਜਾਂਦੇ ਆ ਹਾਂ ਕਈ ਵਾਰ ਹੋ ਜਾਂਦਾ ਧਿਆਨ ਇੱਧਰ ਉੱਧਰ ਗਾਣੇ ਗੁਣੇ ਸੁਣਨ ਲੱਗ ਜਾਂਦੇ ਆ ਫੇਰ ਭਾਜੀ ਪਰ ਇਹਨੇ ਕੁਛ ਤੁਹਾਨੂੰ ਬਣਾ ਕੇ ਖਵਾਇਆ ਕਦੀ ਸਪੈਸ਼ਲ ਜਿਹਾ ਹਾਂ ਬਥੇਰੇ ਵਾਰੀ ਚੂਰੀ ਖਾਧੀ ਆ ਅਸੀਂ ਮੈਂ ਚੂਰੀ ਬਹੁਤ ਵਧੀਆ ਬਣਾਉਂਦੀ ਹਾਂ ਲੈ ਕੇ ਚੂਰੀ ਬਣਾਉਂਦੇ ਨਹੀਂ ਪਰ ਇਹ ਕੁੱਟਦੀ ਆ ਚੂਰੀ ਕੁੱਟਦੀ ਕੁੱਟਦੀ ਆ ਮੈਂ ਆਪਦੇ ਹੱਥਾਂ ਨਾਲ ਬਹੁਤ ਵਧੀਆ ਚੂਰੀ ਬੰਟੀ ਬੈਂਸ ਨੇ ਲਾਸਟ ਟਾਈਮ ਕਿਸੇ ਕੁੜੀ ਨੂੰ ਮੈਸੇਜ ਕਰਕੇ ਇਹ ਕਦੋਂ ਕਿਹਾ ਸੀ ਅਸੀਂ ਇੱਕ ਗਾਣਾ ਕਰ ਰਹੇ ਹਾਂ ਰੋਲ ਦੇਵਾਂਗੇ ਪੇਮੈਂਟ ਨਹੀਂ ਦੇਵਾਂਗੇ ਪਤਾ ਨਹੀਂ ਕਰਿਆ ਉਹ ਬੜੇ ਵਾਰੀ ਕਿਹਾ ਹੋਊਗਾ ਯਾਦ ਨਹੀਂ ਕਿਉਂਕਿ ਤੁਸੀਂ ਹਮੇਸ਼ਾ ਨਵੇਂ ਚਿਹਰੇ ਲੱਭਦੇ ਰਹਿੰਦੇ ਹੋ ਹਨਾ ਹੋ ਸਕਦਾ ਬੜੇ ਵਾਰੀ ਕਰਿਆ ਹੋਊਗਾ ਸਵੇਰੇ ਵੀ ਕੀਤਾ ਉੱਠ ਕੇ ਵੀ ਹੋ ਸਕਦਾ ਭਾਜੀ ਹੁਣ ਕਮੈਂਟਰੀ ਆ ਕੁਛ ਕਮੈਂਟਸ ਆਏ ਨੇ ਤੁਸੀਂ ਉਹਨਾਂ ਦੇ ਰਿਪਲਾਈ ਕਰਨੇ ਆ ਠੀਕ ਹੈ ਬੰਟੀ ਦੀ ਬਬਲੀ ਪੁੱਛਦੀ ਹੈ ਕਿ ਇੰਨੇ ਘੈਂਟ ਗਾਣੇ ਲਿਖਦੇ ਹੋ ਸਾਡੇ ਬਬਲੀ ਦਾ ਕੰਮ ਵੀ ਲਿਖ ਦਿਓ ਕਿੰਨੇ ਪੈਸੇ ਲਓਗੇ ਕਮੈਂਟਸ ਪੁੱਛਿਆ ਕਿਸੇ ਨੇ ਤੁਹਾਨੂੰ ਮੈਂ ਕੰਮ ਬਹੁਤ ਕਰਦਾ ਪੈਸੇ ਪੂਸੇ ਨਹੀਂ ਲੈਂਦਾ ਹੈਗਾ ਮੈਂ ਕਾਫੀ ਕੰਮ ਕਰਦਾ ਹੁਣ ਜਿਵੇਂ ਮੈਂ ਐਕਟਿੰਗ ਵੀ ਕਰ ਰਿਹਾ ਨੀਰੂ ਬਾਜਵਾ ਉਹਨਾਂ ਨਾਲ ਸ਼ਾਇਦ ਫਿਲਮ 'ਚ ਮੈਨੇਜਮੈਂਟ ਵੀ ਮੈਂ ਦੇਖਦਾ ਪਰ ਇਹ ਗੱਲ ਹੋਲੀ ਬੋਲਣ ਵਾਲੀ ਨਹੀਂ ਉੱਚੀ ਬੋਲੋ ਥੋੜ੍ਹਾ ਜਿਹਾ ਮੈਂ ਮੈਨੇਜਮੈਂਟ ਵੀ ਵੇਖਦਾ ਮੈਂ ਗਾਣੇ ਵੀ ਲਿਖਦਾ ਠੀਕ ਹੈ ਜੀ ਅਤੇ ਈਵੈਂਟਸ ਵੀ ਆਪਾਂ ਕਰਦੇ ਹਾਂ ਆਪਾਂ ਕਿੰਨਾ ਕੁਛ ਕਰਦੇ ਹਾਂ ਕੀ ਬਾਤ ਹੈ ਪਾਪਾ ਦਾ ਭਰਾ ਪੁੱਛਦਾ ਹੈ ਕਿ ਪਰੀ ਪ੍ਰੀ ਵਰਕਆਊਟ ਵੀ ਕਰਦੀ ਹੈ ਨਹੀਂ ਵੈਸੇ ਸਾਡਾ ਕੰਮ ਤੇ ਹੀ ਵਰਕਆਊਟ ਹੋ ਜਾਂਦਾ ਅੱਛਾ ਜਿਮ ਤਾਂ ਜਾਂਦੀ ਨਹੀਂ ਪਰੀ ਐਕਸਰਸਾਈਜ਼ ਕਰਦੀ ਹਾਂ ਅੱਛਾ
ਭੱਜਦੌੜੀ ਇੰਨੀ ਰਹਿੰਦੀ ਹੈ ਰੋਜ਼ ਇਹਨੂੰ ਸੁਸਤਿਆ ਮਤਲਬ ਨਹੀਂ ਨਹੀਂ ਯਾਰ ਡਾਂਸ ਕਲਾਸ ਹੁੰਦੀ ਹੈ ਐਕਟਿੰਗ ਦੀ ਕਲਾਸ ਸਾਡੀ ਡਾਂਸ ਕਲਾਸ ਹੁੰਦੀ ਹੈ ਤੇ ਫਿਰ ਗਾਉਣ ਦੀ ਕਲਾਸ ਹੁੰਦੀ ਹੈ ਕੀ ਬਾਤ ਹੈ ਕੀ ਬਾਤ ਹੈ ਭਾਜੀ ਇੱਕ ਸਸਤਾ ਲਿਖਾਰੀ ਤੁਹਾਨੂੰ ਪੁੱਛਦਾ ਹੈ ਕਿ ਮੈਂ 1500 ਦੇ ਦੋ ਗਾਣੇ ਵੇਚ ਬੈਠਾ ਵਾਂ ਇਹਨਾਂ ਪੈਸਿਆਂ ਦਾ ਕੀ ਕਰਾਂ ਪਲਾਟ ਲੈ ਲਾਂ ਰਜਿਸਟਰੀ ਲੈ ਲਾਂ ਕਿ ਦੋ ਬਾਉਂਸਰ ਰੱਖ ਲਾਂ ਬਾਉਂਸਰ ਰੱਖ ਲੈਣੇ ਚਾਹੀਦੇ ਨੇ ਤੇ 1500 ਖੋ ਕੇ ਲੈ ਜਾਊਗਾ ਇੱਕ ਦਿਨ ਲਈ ਬੜਬੋਲੀ ਭਰੀ ਦੇਖੋ ਤੁਹਾਡੇ ਨਾਂ ਦੇ ਫੈਨ ਪੇਜ ਬਣੇ ਹੋਏ ਬੜਬੋਲੀ ਭਰੀ ਫੈਨ ਪੇਜ ਪੁੱਛਦੀ ਹੈ ਕਿ ਤੁਹਾਨੂੰ ਭੱਜ ਕੇ ਵਿਆਹ ਕਰਾਉਣਾ ਵਧੀਆ ਲੱਗਦਾ ਕਿ ਤੁਰ ਕੇ ਕਿਸੇ ਤਰ੍ਹਾਂ ਨਹੀਂ ਵਧੀਆ ਲੱਗਦਾ ਓਹੋ ਹੋ ਮਤਲਬ ਭਰੀ ਇਹਨੇ ਵਿਆਹ ਨਹੀਂ ਕਰਾਉਣਾ ਕੋਈ ਵੀ ਰਿਸ਼ਤਿਆਂ ਲਈ ਸੰਪਰਕ ਨਾ ਕਰੇ ਬੰਟੀ ਭਾਈ ਨੂੰ ਠੀਕ ਹੈ ਜੀ ਮੁੱਕ ਗਿਆ ਆਪਣਾ ਸ਼ੂਟ ਜਿੱਦਾਂ ਹੁਣ ਮੈਂ ਵੀ ਫੇਮਸ ਹੋ ਗਿਆ ਮੈਂ ਵੀ ਲਿਖਦਾ ਹਾਂ ਠੀਕ ਆ ਮੈਨੂੰ ਕਈ ਵਾਰੀ ਭਾਅ ਜੀ ਕੋਈ ਕਹਿ ਦਿੰਦਾ ਵੀ ਸਾਡੇ ਲਈ ਗਾਣਾ ਲਿਖ ਦੇ ਭਾਅ ਜੀ ਪੈਸੇ ਕਰ ਲਾਂਗੇ ਹੁਣ ਮੈਂ ਉਹਨੂੰ ਕੀ ਜਵਾਬ ਦਿਆ ਕਰਾਂ ਪੈਸੇ ਭੇਜ ਦਿਆ ਕਰਾਂ ਜਾਂ ਗਾਣਾ ਲਿਖ ਕੇ ਬਾਅਦ 'ਚ ਮੰਗਿਆ ਕਰਾਂ ਬਾਅਦ 'ਚ ਮੰਗ ਲਿਆ ਬਾਅਦ 'ਚ ਮੰਗ ਲਿਆ ਕਰੋ ਬਾਅਦ ਜ਼ਿਆਦਾ ਮੰਗੇ ਜਾਂਦੇ ਥੈਂਕ ਯੂ ਜੀ ਤੁਸੀਂ ਸਾਰਿਆਂ ਨੇ ਸਾਡੀਆਂ ਗੱਲਾਂ ਸੁਣੀਆਂ ਪਾਪੀ ਹੁਣਾਂ ਦੀ ਬਕਵਾਸ ਸੁਣੀ ਅਤੇ ਇੱਦਾਂ ਹੀ ਸੁਣਦੇ ਰਹੋ ਅਤੇ ਸਾਨੂੰ ਪਿਆਰ ਕਰਦੇ ਰਹੋ ਇਹਨਾਂ ਨੂੰ ਨਫ਼ਰਤ ਕਰਦੇ ਰਹੋ ਅਤੇ ਫਿਰ ਮਿਲਦੇ ਹਾਂ ਇਹ ਤਰੀਫ ਹੀ ਹੈ ਬੰਟੀ ਕਹਿੰਦੇ ਨਾ ਬੈਂਸ ਬੈਂਸ ਪਾਪੀ ਪਾਪੀ ਵੀ ਹੋਊਗੀ ਇੱਕ ਦਿਨ ਤੁਸੀਂ ਦੇਖਦੇ ਰਹੋ